अकाल जी, मैं हाँ राधिका शर्मा, तो जैसको एंटरटेनमेंट देख रहे सारे दर्शकों का करते हैं निघा स्वागत। आओ गलबात करते हैं, लोग बहुत ज़्यादा एक्साइटेड ने क्योंकि 2 साल बाद सिनेमाज खुले ने। किवें दी लगी मूवी? मैम देखो, जिनी उम्मीद सी ना सानू उस ते 10% भी नहीं खरे उतरे। ਤੁਸੀਂ ਸੱਚ ਬੋਲ ਰਹੇ ਹੋ? ਮੈਡਮ ਜੀ ਜਮਾ ਸੱਚ, ਅਸੀਂ ਮੂੰਹ ਟੱਟ ਕੇ ਰੋਈ ਗਏ ਸੀ, ਹੱਸੇ ਨਹੀਂ ਜਦੋਂ। ਅੱਜ ਤੋਂ ਅਸੀਂ 1500 ਰੁਪਏ ਲਾ ਕੇ 2 ਬੋਤਲਾਂ ਲੈਂਦੇ ਦਾਰੂ ਦੀਆਂ। ਨਾਮ ਦੱਸ ਦੋ ਆਪਣਾ। ਲਵਜੀਤ ਆ ਜੀ ਮੇਰਾ ਨਾਮ। ਲਵਜੀਤ ਆ ਲੱਗਦਾ। ਓਕੇ, ਸੋ 5 ਕੌਣ ਹੈ ਫੇਵਰਿਟ? ਵਿਨੂ ਢਿੱਲੋਂ। ਵਿਨੂ ਢਿੱਲੋਂ ਹੈਗੇ ਨੇ ਇਸ ਮੂਵੀ ਵਿੱਚ? ਕਹਿ ਨਹੀਂ ਗਏ, ਨਹੀਂ ਗਏ। ਅੱਛਾ, ਮੈਂ ਤਾਂ ਦੇਖੀ ਨਹੀਂ ਮੂਵੀ। ਜੇਕਰ ਇੱਕ ਦਿਨ ਦੇ ਲਈ ਤੁਹਾਨੂੰ ਸੋਨਮ ਬਾਜਵਾ ਜੀ ਨਾਲ ਡੇਟ ਤੇ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਕਿੱਥੇ ਲੈ ਕੇ ਜਾਓਗੇ? ਮੈਂ ਤਾਂ ਸਕੂਟੀ ਤੇ ਬਸ ਗੇੜੀਆਂ ਹੀ ਮਾਰੂੰਗੀ ਉਹਨਾਂ ਨਾਲ। ਹਾਂ, ਤੇ ਨੱਚ ਨੱਚ ਕਮਲੀ ਹੋ ਜੂੰਗੀ। ਸੋਨਮ ਬਾਜਵਾ ਜੇਕਰ ਇੱਕ ਦਿਨ ਦੇ ਲਈ ਤੁਹਾਨੂੰ ਸੋਨਮ ਬਾਜਵਾ ਜੀ ਨਾਲ ਡੇਟ ਤੇ ਭੇਜਿਆ ਜਾਵੇ ਤਾਂ ਤੁਸੀਂ ਉਹਨਾਂ ਨੂੰ ਕਿੱਥੇ ਲੈ ਕੇ ਜਾਣਾ ਪਸੰਦ ਕਰੋਗੇ? ਸੋਨਮ ਬਾਜਵਾ ਤੁਹਾਡਾ ਮਾਲਦੀਪ ਜਾਊਗੀ, ਚਲੇ ਜਾਣਗੇ? ਸਾਨੂੰ ਟਿਕਟ ਨਹੀਂ ਮਿਲੀਆਂ। ਕੋਮੇਡੀ ਮੂਵੀ ਹੈ, ਇਹਨਾਂ ਲੋਕਾਂ ਨੂੰ ਹਸਾਇਆ, ਲੋਕ ਐਮੀ ਵਿਰਕ ਜੀ ਦੇ ਵੀ ਬਹੁਤ ਜ਼ਿਆਦਾ ਫੈਨ ਨੇ ਅਤੇ ਸੋਨਮ ਬਾਜਵਾ ਜੀ ਦੇ ਵੀ। ਸੋ ਥੈਂਕ ਯੂ ਸੋ ਮਚ, ਮੈਂ ਰਾਧਿਕਾ ਸ਼ਰਮਾ ਜੈਸਕੋ ਇੰਟਰਟੇਨਮੈਂਟ ਦੇ ਨਾਲ ਹਮੇਸ਼ਾ ਲੈ ਕੇ ਆਉਂਦੇ ਰਹਾਂਗੇ ਤੁਹਾਨੂੰ ਇੰਟਰਟੇਨਮੈਂਟ ਐਂਡ ਇੰਟਰਟੇਨਮੈਂਟ। ਥੈਂਕ ਯੂ ਸੋ ਮਚ।